हेलो एंड वेलकम सब्सक्राइबर जी इमिग्रेशन साइड विद मनदीप ਤੁਸੀਂ ਦੇਖ ਰਹੇ ਹੋ ਮੈਂ ਆਸ ਕਰਦੀ ਹਾਂ ਤੋਂ ਸਾਰੇ ਚੜ੍ਹਦੀ ਕਲਾ ਛੋਂਗੇ ਔਰ ਪ੍ਰੋਗਰਾਮ ਫਿਰ ਤੋਂ ਖਾਸ ਹੈ ਐਂਡ ਤੱਕ ਸਾਡੇ ਨਾਲ ਜੁੜੇ ਹੋ ਫਿਰ ਤੋਂ ਅਸੀਂ ਡਿਸਕਸ਼ਨ ਕਰਾਂਗੇ ਕੈਨੇਡਾ ਜਾਣ ਨੂੰ ਲੈ ਕੇ ਔਰ ਜਿਵੇਂ ਕਿ ਤੁਹਾਨੂੰ ਪਤਾ ਹੈ ਵੈਸਟਰਨ ਅਵਰਸਿਸ ਦੇ ਪੈਨਲ ਦੇ ਉੱਪਰ ਆਰਸੀਆਈਸੀ ਮੈਂਬਰਸ ਨੇ ਉਹਨਾਂ ਵਿੱਚੋਂ ਇੱਕ ਮੈਂਬਰ ਮੇਰੇ ਨਾਲ ਮੌਜੂਦ ਨੇ ਮਿਸਟਰ ਜਸਮੀਤ ਸਿੰਘ हेलो एंड वेलकम सब्सक्राइबर मैम ਸਤਿ ਸ੍ਰੀ ਅਕਾਲ ਮੈਮ ਸਭ ਤੋਂ ਪਹਿਲਾਂ ਸਾਰੇ ਹੀ ਈਵਰਜ਼ ਨੂੰ ਵੈਸਟਰਨ ਅਵਰਸਿਸ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਹੈਲੋ ਐਂਡ ਥੈਂਕ ਯੂ ਮੈਮ ਫॉर ਹੈਵਿੰਗ ਮੀ ਔ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਸਕਰੀਨ ਦੇ ਹੇਠਾਂ ਅਸੀਂ ਤੁਹਾਡਾ ਨੰਬਰ ਸਾਂਝਾ ਕਰ ਦਿੱਪਿਆ ਸੋ ਆਰਸੀਆਈਸੀ ਮੈਂਬਰ ਅੱਜ ਮੇਰੇ ਨਾਲ ਬੈਠੇ ਨੇ ਤੁਸੀਂ ਆਈਡੀਆ ਲੈ ਲਿਆ ਹੋਗਾ ਕਿ ਫਿਰ ਤੋਂ ਅੱਜ ਕੋਈ ਨਾ ਕੋਈ ਪੀਆਰ ਦੀ ਗੱਲ ਹੋਏਗੀ ਜੌਬ ਆਫਰ ਦੀ ਗੱਲ ਹੋਏਗੀ ਐਲਐਮਆਈ ਦੀ ਗੱਲ ਹੋਏਗੀ ਕਿਸੇ ਨਾ ਕਿਸੇ ਪੀਐਨਪੀ ਪ੍ਰੋਗਰਾਮ ਨੂੰ ਲੈ ਕੇ ਜ਼ਰੂਰ ਡਿਸਕਸ਼ਨ ਹੋ ਰਹੀਗੀ ਸੋ ਅੰਤ ਤੱਕ ਸਾਡੇ ਨਾਲ ਤੁਸੀਂ ਜੁੜੇ ਰਹਿਣਾ ਇਹ ਪ੍ਰੋਗਰਾਮ ਬੇਹਦ ਖਾਸ ਹੋਣ ਵਾਲਾ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਹੈਲਥ케ਅਰ ਦੀ ਐਡਵਰਟਾਈਜ਼ਮੈਂਟ ਸੁਣਦੇ ਨੇ ਜਾਣਾ ਚਾਹੁੰਦੇ ਨੇ ਕੈਨੇਡਾ ਪੱਕੇ ਪੱਧਰ ਦੇ ਉੱਪਰ ਲੇਕਿਨ ਕਿਹੜਾ ਕੰਸਲ ਜਿਨ੍ਹਾਂ ਨੇ ਨੈਨੀ ਕੀਤੀ ਹੈ ਜਾਂ ਨੈਨੀ ਪ੍ਰੋਗਰਾਮ ਅਡਾਪਟ ਕਰਨਾ ਚਾਹੁੰਦੇ ਨੇ ਉਹ ਜਾ ਸਕਦੇ ਨੇ ਕੈਨੇਡਾ ਜਾਂ ਫਿਰ ਨਹੀਂ ਵਾਕਿਆ ਜੇ ਰਿਕੁਆਇਰਮੈਂਟਸ ਹੈਗੀਆਂ ਕਿ ਨਹੀਂ ਡਿਟੇਲਸ ਗੱਲ ਕਰਾਂਗੇ ਐਂਡ ਤੱਕ ਸਾਡੇ ਨਾਲ ਜੁੜੇ ਰਹੋ ਤੁਸੀਂ ਸੋ ਜਸਮੀਤ ਜੀ ਬੜਾ ਇੱਕ ਨਾ ਮਾਰਕੀਟ ਦੇ ਵਿੱਚ ਦੁਵਿਧਾ ਹੈਗੀ ਆ ਸੋਸ਼ਲ ਮੀਡੀਆ ਦਾ ਟਾਈਮ ਹੈ ਜੀ ਤਾਂ ਜੋ ਜੀ ਕਰਦਾ ਉਹ ਇਹਦੇ ਉੱਪਰ ਬੋਲ ਦਿੰਦਾ ਕਿਉਂਕਿ ਕਿਸੇ ਨੂੰ ਉਸੇ ਜਵਾਬ ਦੇ ਨਹੀਂ ਹੈਗੇ ਤੇ ਜਿਹੜਾ ਮੇਰੇ ਵਰਗਾ ਜਿਹਨੂੰ ਵੀਡੀਓ ਚੰਗੀ ਲੱਗਦੀ ਉਹ ਫਟਾਫਟ ਆਪਣੀ ਸਟੋਰੀ ਦੇ ਵਿੱਚ ਜਾਂ ਆਪਣੇ ਗਰੁੱਪਸ ਦੇ ਵਿੱਚ ਵੀਡੀਓ ਨੂੰ ਸ਼ੇਅਰ ਵੀ ਕਰ ਦਿੰਦਾ ਜਾਣਕਾਰੀ ਕਈ ਵਾਰੀ ਸਹੀ ਵੀ ਹੁੰਦੀ ਹੈ ਕਈ ਵਾਰੀ ਅੱਧੀ ਅ ਲekin ਪੇਸ਼ਕਾਰੀ ਕਿਸੇ ਹੋਰ ਤਰੀਕੇ ਨਾਲ ਕੀਤੀ ਜਾਂਦੀ ਹੈ ਸਧਾਰਨ ਜੇ ਬੜਾ ਸਿੱਧਾ ਜਿਹਾ ਸਵਾਲ ਹੈ ਹੈਲਥ ਕੇਅਰ ਪ੍ਰੋਗਰਾਮ ਨੈਨੀ ਪ੍ਰੋਗਰਾਮ ਜਿੰਨੇ ਵੱਡੇ ਪੱਧਰ ਦੇ ਉੱਪਰ ਐਡਵਰਟਾਈਜ਼ਮੈਂਟ ਹੈਗੀ ਹੈ ਕਿ ਇਨ੍ਹਾਂ ਪ੍ਰੋਗਰਾਮਸ ਦੇ ਵਿੱਚ ਲੋਕਾਂ ਨੂੰ ਪੀਆਰ ਮਿਲਦੀ ਹੈ ਕੈਨੇਡਾ ਜਾਣ ਦਾ ਮੌਕਾ ਮਿਲਦਾ ਹੈ ਉੱਥੇ ਮੂਵ ਹੋਣ ਦਾ ਮੌਕਾ ਮਿਲਦਾ ਹੈ ਜਾਂ ਫਿਰ ਨਹੀਂ ਵੈਲ ਮਨਦੀਪ ਤੁਹਾਡਾ ਕੁਸ਼ਨ ਹੈ ਕਿ ਜਿਸ ਪੱਧਰ ਤੇ ਇਹਦੀ ਐਡਵਰਟਾਈਜ਼ਮੈਂਟ ਹੁੰਦੀ ਹੈ ਡੈਫੀਨਿਟਲੀ ਐਡਵਰਟਾਈਜ਼ਮੈਂਟ ਵੱਡਡੇ ਪੱਧਰ ਤੇ ਹੋ ਰਹੀ ਹੈ ਲੇਕਿਨ ਉਸ ਦਾ ਅੰਤ ਤੱਕ ਉਹਦਾ ਇਹ ਕਹਿੰਦੇ ਨੇ ਆਪਾਂ ਕਿ ਇੱਕ ਅੱਛਾ ਰਿਜ਼ਲਟ ਹੈਗਾ ਉਹ ਬਹੁਤ ਹੀ ਆਪਣੇ ਜਿਹੜੇ ਕਲਾਇੰਟਸ ਹੈਗੇ ਆ ਆਪਣੇ ਮਾਰਕੀਟ ਜਿਹੜੇ ਵੀ ਇਸ ਚੀਜ਼ ਨੂੰ ਲੱਭ ਕੇ ਚੱਲਦੇ ਆ ਜਿਨ੍ਹਾਂ ਕੋਲ ਨਰਸਿੰਗ ਦਾ ਐਕਸਪੀਰੀਅੰਸ ਹੈ ਐਜੂਕੇਸ਼ਨ ਹੈ ਕਈ ਵਾਰ ਉਹ ਖਰਾਬ ਹੁੰਦੇ ਆ ਉਹਨਾਂ ਦੇ ਪੈਸੇ ਖਰਾਬ ਹੁੰਦੇ ਆ ਟਾਈਮ ਖਰਾਬ ਹੁੰਦਾ ਹੈ ਨਾ ਸੋ ਡੈਫੀਨਿਟਲੀ ਪ੍ਰੋਮੋਸ਼ਨਸ ਬਹੁਤ ਹੈ ਮਾਰਕੀਟ ਵਿੱਚ ਇਹ ਆਪਾਂ ਡਿਨਾਈ ਨਹੀਂ ਕਰਦੇ ਬਟ ਅਗੇਨ ਸਹੀ ਸਲਾਹ ਕਿਹੜਾ ਪ੍ਰੋਗਰਾਮ ਹੈ ਕਿਹੜੀ ਪ੍ਰੋਵਿੰਸ ਹੈ ਇਹ ਬਹੁਤ ਹੀ ਇਹਦੀ ਜਾਣਕਾਰੀ ਬਹੁਤ ਘੱਟ ਹੈ ਓਕੇ ਜਿਹਨੇ ਹੈਲਥ케ਅਰ ਲਈ ਜਾਣਾ ਹੈ ਨੈਲੀ ਲਈ ਜਾਣਾ ਇਟ ਮੀਨਸ ਉਹ ਐਕਸਪ੍ਰੈਸ ਦੇ थ्रू ਜਾਂ ਪੂਰੇ ਦੇ ਪੂਰੇ ਕੈਨੇਡਾ ਚ ਨਹੀਂ ਜਾਊਗਾ ਪਰਟੀਕੂਲਰ ਕਿਸੇ ਪ੍ਰੋਵਿੰਸ ਦੇ ਵਿੱਚ ਹੀ ਜਾਊਗਾ ਜਿੱਥੇ ਰਿਕੁਆਇਰਮੈਂਟਸ ਨੇ ਜਾਂ ਫਿਰ ਕੁਝ ਹੋਰ ਡੈਫੀਨਿਟਲੀ ਤੁਹਾਡਾ ਕੁਐਸਚਨ ਸਹੀ ਹੈ ਇਹ ਇਹਦੇ ਦੋ ਆਨਸਰਸ ਹੋਣਗੇ ਡੈਫੀਨਿਟਲੀ ਫੈਡਰਲ ਦੇ ਵਿੱਚ ਰਿਕੁਆਇਰਮੈਂਟਸ ਬਹੁਤ ਹੈ ਠੀਕ ਹੈ ਮਗਰ ਆਪਾਂ ਗੱਲ ਕਰੀਏ ਸਟੈਟਿਸ ਕੈਨੇਡਾ ਦਾ ਇੱਕ ਰਿਪੋਰਟ ਆਈ ਸੀ ਕਿ 2022 ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਅਕ੍ਰੋਸ 117000 ਨਰਸਿਸ ਦੀ ਸ਼ਾਰਟੇਜ ਹੈ 117000 ਪਲਸ ਹੈ ਠੀਕ ਹੈ ਅਤੇ ਉਹਦੇ ਵਿੱਚੋਂ অন্ਟਾਰੀਓ ਸਭ ਤੋਂ ਜ਼ਿਆਦਾ ਹਿੱਤ ਹੈ ਹੂੰ ਉਸ ਦਾ ਰੀਜ਼ਨ ਦੋ ਰੀਜ਼ਨ ਸੀਗੇ ਕਿਉਂਕਿ ਇੱਕ ਤਾਂ ਪੈਂਡੈਮਿਕ ਦੇ ਦੌਰਾਨ ਹੈਲਥ케ਅਰ ਵਰਕਰਸ ਦੇ ਵਿੱਚੋਂ ਕਾਫੀ ਨੇ ਵੋਲੰਟੇਰੀਲੀ ਆਪਣੀ ਰਿਟਾਇਰਮੈਂਟਸ ਲੈ ਲਈਆਂ ਹੂੰ ਠੀਕ ਹੈ ਦੂਜਾ ਫੈਕਟਰ ਇਹ ਹੈਗਾ ਕਿ ਗਵਰਨਮੈਂਟ ਇਹ ਪਲਾਨ ਕਰ ਰਹੀ ਹੈ ਕਿ ਅਗਲੇ 5 ਤੋਂ 10 ਸਾਲਾਂ ਦੇ ਵਿੱਚ 25% ਇਹਨਾਂ ਦੀ ਜਿਹੜੀ ਵਰਕਫੋਰਸ ਹੈ ਉਹ रिटायर ਹੋ ਰਹੀ ਹੈ ओके ठीक है अगेन ओंटारियो ਦੀ ਜਿਹੜੀ ਰਜਿਸਟਰਡ ਨਰਸ ਐਸੋਸੀਏਸ਼ਨ ਹੈ ਆਫ ओंटारियो ਹੈ ਉਹਨਾਂ ਦਾ ਆਪਦਾ ਡਾਟਾ ਇਹ ਹੀ ਕਹਿ ਰਿਹਾ ਹੈ ਕਿ ਮੋਰ ਦੈਨ 1/3 ਜੋ ਉਹਨਾਂ ਕੋਲ ਰਜਿਸਟਰਡ ਨਰਸਿਸ ਇਸ ਟਾਈਮ ਕੰਮ ਕਰ ਰਹੀਆਂ ਦੇ ਆਰ ਅਬੋਵ ਦੀ ਏਜ ਆਫ 50 ਔਰ ਬਹੁਤ ਜਲਦੀ ਰਿਟਾਇਰ ਹੋ ਰਹੀ ਹੈ ਸੋ ਦੈਟ ਮੀਨਸ ਇਹ ਸਾਰੇ ਹੀ ਕਿੰਨੇ ਵੀ ਇਹ ਆਪਾਂ ਕਹਿ ਲੈ ਕਿ ਇਹ ਕਨਸਰਨਸ ਹੈ ਤੇ ਡੈਫੀਨਿਟਲੀ ਇਹ ਗਵਰਨਮੈਂਟ ਆਫ ਕੈਨੇਡਾ ਜਾਂ ਕਿਸੇ ਵੀ ਪ੍ਰੋਵਿੰਸ ਦੀ ਜਿਹੜੀ ਉਹਨਾਂ ਦੇ প্রভিনਸ਼ੀਅਲ ਹੈਲਥ ਪਲਾਨਸ ਦਾ ਉਹਨਾਂ ਨੂੰ ਹਿੱਟ ਕਰਦੀ ਹੈ ਅਗਰ ਉਹ ਹਿੱਟ ਕਰਦੀ ਤਾਂ ਡੈਫੀਨਿਟਲੀ ਜਿਹੜੇ ਉਸ ਪ੍ਰੋਵਿੰਸ ਦੇ ਜਿਹੜੇ ਸਿਟੀਜ਼ਨਸ ਹੈ ਜਾਂ ਉਸ ਨੈਟਿਜ਼ਨਸ ਹੈ ਤਾਂ ਡੈਫੀਨਿਟਲੀ ਉਹਨਾਂ ਨੂੰ ਜਿਹੜੀਆਂ ਹੈਲਥ ਸਰਵਿਸਿਜ਼ ਹੈ ਉਹ ਪ੍ਰੋਪਰ ਨਹੀਂ ਮਿਲਦੀਆਂ ਕਮਿੰਗ ਬੈਕ ਗਵਰਨਮੈਂਟ ਦਾ ਜੋ ਤੇ ਬਹੁਤ ਫੋਕਸ ਹੈ ਇਸ ਦੇ ਤਹਿਤ ਗਵਰਨਮੈਂਟ ਨੇ ਹੁਣੇ ਦੋ ਡਰਾਅ ਦਿੱਤੇ ਪਿਛਲੇ 15-20 ਦਿਨਾਂ ਦੇ ਵਿੱਚ ਰਾਈਟ ਇੱਕ ਡਰਾ ਸੀਗਾ 28 ਜੂਨ ਨੂੰ ਔਰ ਇੱਕ ਸੀਗਾ 6 ਆਫ ਜੁਲਾਈ ਨੂੰ 28 ਜੂਨ ਨੂੰ ਜਿਹੜਾ ਡਰਾ ਸੀਗਾ ਇਹ ਅਗੇਨ ਇਹ অকুপੇਸ਼ਨਲ ਕੈਟਾਗਰੀ ਦੇ ਤਹਿਤ ਪਹਿਲਾ ਡਰਾ ਕਰਿਆ ਸੀਗਾ ਹੈਲਥ케어 ਸਰਵਿਸਿਜ਼ ਦੇ ਵਿੱਚ ਜਿਸ ਚ ਇਹਨਾਂ ਨੇ 500 ਦੇ ਤਕਰੀਬਨ ਹੈਲਥ케어 ਨੂੰ ਇਨਵੀਟੇਸ਼ਨ ਦਿੱਤੀਆਂ ਪੀਆਰ ਵਾਸਤੇ ਔਰ ਸਕੋਰ ਸੀਗਾ ਅਰਾਊਂਡ 476 ਬਟ ਜਿਹੜਾ ਜੁਲਾਈ 6 ਨੂੰ ਸੀਗਾ ਉਹ ਇਹਨਾਂ ਨੇ 500 ਦੇ ਅਗੇਂਸ 1500 ਐਪਲੀਕੇਸ਼ਨਸ ਪਿਕ ਕੀਤੀਆਂ ਅਗੇਨ ਇਹ অকুপੇਸ਼ਨਲ ਕੈਟਾਗਰੀ ਸੀ ਔਰ ਹੈਲਥ케어 ਨੂੰ ਹੀ ਟਾਰਗੇਟ ਕੀਤਾ ਗਿਆ ਸੀ 1500 ਇਨਵੀਟੇਸ਼ਨਸ ਪਿਕ ਕਰਦੀ ਹੈ ਐਟ ਅ ਸਕੋਰ ਆਫ 463 ਪਹਿਲਾ ਸਕੋਰ 476 ਸੀ ਹੁਣ 463 दैट मींस ਸਕੋਰ ਇਨਾਂ ਨੇ ਡੀਕਰੀਜ਼ ਕੀਤਾ ਹੈ ਹਮ ਕਿਉਂਕਿ ਇਹ ਚਾਹੁੰਦੇ ਕਿ ਜਿਹੜੀਆਂ ਇਹ ਸ਼ਾਰਟੇਜਸ ਹੈ ਇਹ ਜਲਦੀ ਤੋਂ ਜਲਦੀ ਪੂਰੀਆਂ ਹੋਣ ਰਾਈਟ ਕਮਿੰਗ ਬੈਕ ਨੋਵਾ ਸਕੋਸ਼ੀਆ ਬ੍ਰਿਟਿਸ਼ ਕੋਲੰਬੀਆ 온ਟਾਰੀਓ ਇਹ ਤਿੰਨ ਪ੍ਰੋਵਿੰਸਿਸ ਐਸੀਆਂ ਹੈਗੀਆਂ ਜਿਨ੍ਹਾਂ ਵਿੱਚ ਮੈਕਸਿਮਮ ਰਿਟਾਇਰਮੈਂਟ 올ਡ ਏਜ ਹੋਮਸ ਹੈ ਹਮ ਹਸਪੀਟਲਸ ਹੈ ਸੋ ਡੈਫੀਨਿਟਲੀ ਜਿੰਨੇ ਵੀ ਇਹ ਨਰਸਿਸ ਹੈ ਚਾਹੇ ਉਹ ਪਰਸਨਲ ਸਪੋਰਟ ਵਰਕਰਸ ਕਰਦੇ ਹੈ ਨਰਸ ਐਡਸ ਐਂਡ ਨਰਸ ਆਰਡਰਲੀਆਂ ਜਾਂ ਨਰਸ ਅਸਿਸਟੈਂਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਤਾਂ ਡੈਫੀਨਿਟਲੀ ਇਹ ਸਾਰੀਆਂ ਹੀ ਪੋਜੀਸ਼ਨਸ ਦੀ ਬਹੁਤ ਸ਼ਾਰਟੇਜ ਹੈ ਠੀਕ ਹੈ ਤਾਂ ਸ਼ਾਰਟੇਜ ਹੈਗੀ ਹੈ ਤਾਂ ਇਟ ਮੀਨਸ ਕਿ ਫਿਰ ਉਹਨਾਂ ਨੂੰ ਰਿਕੁਆਇਰਮੈਂਟਸ ਹੈਗੀਆਂ ਨੇ ਰਿਕੁਆਇਰਮੈਂਟਸ ਨੂੰ ਮੀਟ ਕੌਣ ਕਰਦਾ ਹੈ ਕੀ ਬੇਸਿਕ ਐਲੀਜੀਬਿਲਟੀ ਹੈ ਇਥੋਂ ਕੀ ਡਿਗਰੀ ਹੋਣੀ ਚਾਹੀਦੀ ਹੈ ਕਿੰਨਾ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਦੇ ਆਧਾਰ ਦੇ ਉੱਪਰ ਤੁਸੀਂ ਆਪਣੀ ਫਾਈਲ ਨੂੰ ਪੋਲ ਦੇ ਵਿੱਚ ਪਾ ਸਕਦੇ ਹੋ ਅਗਰ ਆਪਾਂ ਗੱਲ ਕਰੀਏ ਕਿ ਜਿਹੜੇ ਹੈਲਥ ਪ੍ਰੋਫੈਸ਼ਨਸ ਹੈ ਦੋਸ ਹੂ ਵਾਂਟ ਟੂ ਕਮ ਟੂ ਕੈਨੇਡਾ ਜਾਂ ਤਾਂ ਉਹ ਕੰਮ ਤੇ ਆਉਣਾ ਚਾਹੁੰਦੇ ਆ ਜਾਂ ਉਹ ਪੱਕੇ ਪੈਰ ਪੀਆਰ ਤੇ ਆਉਣਾ ਚਾਹੁੰਦੇ ਆ ਤਾਂ ਡੈਫੀਨਿਟਲੀ ਅਗੇਨ ਏਜ ਉਹਨਾਂ ਦੀ ਇੱਕ ਵਰਕਿੰਗ ਏਜ ਹੋਵੇ 25 ਟੂ 35 ਰਾਈਟ ਠੀਕ ਹੈ ਸੈਕਿੰਡ ਉਹਨਾਂ ਦਾ ਐਕਸਪੀਰੀਅੰਸ ਅੱਛਾ ਹੋਵੇ 2 ਸਾਲ ਦਾ ਐਟਲੀਸਟ ਐਕਸਪੀਰੀਅੰਸ ਹੋਵੇ ਉਹਨਾਂ ਕੋਲ ਇੱਕ ਬੀਐਸਸੀ ਦੀ ਡਿਗਰੀ ਹੋਵੇ ਜਾਂ ਜੀਐਨਐਮ ਐਟਲੀਸਟ ਹੋਵੇ ਹੈਨਾ ਔਰ ਇੱਕ ਅੱਛਾ ਸਕੋਰ ਹੋਵੇ ਐਟ ਲੀਸਟ ਆਈ ਊਡ ਪ੍ਰੀਫਰ ਕਿ 6 ਇਚ ਹੋਵੇ ਹੂੰ ਠੀਕ ਹੈ ਕਿਉਂਕਿ ਤੁਸੀਂ ਦੇਖੋ 올ਡ एज ਪੋਪੂਲੇਸ਼ਨ ਨਾਲ ਤੁਸੀਂ ਕਮਿਊਨੀਕੇਟ ਕਰਨਾ ਤਾਂ ਤੁਹਾਡੇ ਲੈਂਗੁਏਜ ਕਮਿਊਨੀਕੇਸ਼ਨ ਜਾਂ ਤੁਹਾਡੇ ਲੈਂਗੁਏਜ ਜਿਹੜੀ ਹੈ ਐਡਪਟੇਬਿਲਟੀ ਅੱਛੀ ਹੋਣੀ ਚਾਹੀਦੀ ਹੈ ਸੋ ਡੈਫੀਨਿਟਲੀ ਇਹ ਤਿੰਨ ਚਾਰ ਫੈਕਟਰਸ ਹੈਗੇ ਸੌਰੀ ਅਗਰ ਤੁਸੀਂ ਇਹਨਾਂ ਨੂੰ ਕੁਆਲੀਫਾਈ ਕਰਦੇ ਹੋ ਤਾਂ ਡੈਫੀਨਿਟਲੀ ਤੁਹਾਡੇ ਕੋਲ ਬਹੁਤ ਸਕੋਪ ਹੈਗਾ ਮਤਲਬ ਤੁਹਾਡੇ ਕਹਿੰਦੇ ਜਿੰਨਾ ਕਿ ਮੈਂ ਨਿਚੋੜ ਕੱਟ ਪਾ ਰਹੀ ਹਾਂ ਕਿ ਐਡਵਰਟਾਈਜ਼ਮੈਂਟ ਹੈਗੀ ਹੈ ਓਕੇ ਹੈ ਵੀਜ਼ਾ ਸਕਸੈਸ ਰੇਟ ਵੀ ਹੈਗਾ ਇਹ ਵੀ ਓਕੇ ਹੈ ਪਰ ਜਿਹੜਾ ਹੈ ਕਿ ਮਤਲਬ ਕੋਈ ਕੋਈ ਦੀ ਕੈਟਾਗਰੀ ਦੇ ਵਿੱਚ ਜਿਹੜਾ ਆ ਇਸ ਨੂੰ ਫਾਲ ਕਰਦਾ ਮੇਰਾ ਸਵਾਲ ਨਾ ਉਹਨਾਂ ਕੈਂਡੀਡੇਟਸ ਤੇ ਲਈ ਹੈ ਜਿਹੜੇ ਸਟੱਡੀ ਲਈ ਅਪਲਾਈ ਕਰਨਾ ਚਾਹੁੰਦੇ ਨੇ ਜੇਕਰ ਪੀਆਰ ਦੇ টারਮਸ ਤੇ ਕੰਡੀਸ਼ਨ ਇੰਨੀਆਂ ਈਜ਼ੀ ਨੇ ਤਾਂ ਫਿਰ ਲੋਕੀ ਪੀਆਰ ਨਾਲ ਲੈ ਕੇ ਸਟੱਡੀ ਵੀਜ਼ਾ ਵੱਲ ਨੂੰ ਜ਼ਿਆਦਾ ਰੁਝਾਨ ਕਿਉਂ ਕਰਦੇ 18 18 20 ਲੱਖ ਰੁਪਿਆ ਕੈਨੇਡਾ ਸਟੱਡੀ ਦਾ ਲੱਗ ਜਾਂਦਾ ਫਿਰ ਉਹ ਉਧਰ ਫੀਸਾਂ ਭਰ ਕੇ ਕਿਉਂ ਜਾਣਾ ਜ਼ਿਆਦਾ ਪ੍ਰਿਫਰ ਕਰਦੇ ਨੇ ਵੈਲ ਮਨਦੀਪ ਤੁਸੀਂ ਉਹ ਕੁਐਸਚਨ ਪੁੱਛਿਆ ਜੋ ਮੈਂ ਖੁਦ ਆਨਸਰ ਕਰਨਾ ਚਾਹੁੰਦਾ ਸੀਗਾ ਏ ਇਕ ਤਰਾਸ ਦੀ ਹੈ ਹਮ ਲੈਕ ਆਫ ਨੋਲੇਜ ਹੈ ਹਮ ਆਪਣੇ ਸਪੈਸ਼ਲੀ ਆਪਣੀ ਕਮਿਊਨਿਟੀ ਯਾ ਆਪਣੇ ਨਾਰਥ ਇੰਡੀਆ ਦੇ ਵਿੱਚ ਰਾਈਟ ਕਿ ਸਾਰੇ ਹੀ ਟੂਰਿਸਟ ਯਾ ਸਟੱਡੀ ਨੂੰ ਹੀ ਪ੍ਰਮੋਟ ਕਰਦੇ ਆ ਹਮ ਅਗਰ ਦੇਖਿਆ ਜਾਵੇ ਤਾਂ ਕੈਨੇਡਾ ਕੋਲ ਮੋਰ ਦੈਨ 60 ਪਲਸ ਇਮੀਗ੍ਰੇਸ਼ਨ ਪ੍ਰੋਗਰਾਮਸ ਹੈ ਜੋ ਐਕਟਿਵਲੀ ਚੱਲ ਰਹੇ ਨੇ ਐਜ਼ ਆਫ ਟੂਡੇ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਸਾਡੇ April ਸਾਡੇ May ਦੇ ਵਿੱਚ ਸਾਡੇ ਸੈਮੀਨਾਰਸ ਹੋਏ ਸੀਗੇ ਕ੍ਰਾਸ ਲਾਈਕ ਨਾਰਥ ਇੰਡੀਆ ਹਮ ਪਰ ਉੱਥੇ ਸਾਡੇ ਕੁਝ ਐਸੇ ਕਲਾਇੰਟਸ ਆਏ ਸੀਗੇ ਜਿਨ੍ਹਾਂ ਕੋਲ ਇਹ ਸਾਰਾ ਕੁਝ ਉਹ ਕਹਿੰਦੇ ਕੀ ਪ੍ਰੋਪਰ ਸੀ ਉਹਨਾਂ ਕੋਲ ਜਸ ਇੱਕ ਲੈਕ ਕੀ ਸੀ ਕਿ ਉਹਨਾਂ ਕੋਲ ਆਇਲਸ ਦਾ ਸਕੋਰ ਅਕੈਡਮਿਕਸ ਦਾ ਸੀਗਾ ਜਿਹਦੇ ਕੋਲ ਅਕੈਡਮਿਕਸ ਦੇ 6.5 ਬੈਂਡ ਆਉ इजीली ਜਨਰਲ ਦੇ ਵਿੱਚ 6.5 ਅਚੀਵ ਕਰ ਸਕਦਾ ਬਟ ਅਗੇਨ ਦ ਥਿੰਗ ਇਜ਼ ਕਿ ਉਹਨਾਂ ਨੂੰ ਕਿਸ ਨੇ ਇਸ ਬਾਰੇ ਦੱਸਿਆ ਹੀ ਨਹੀਂ ਕਿ ਤੁਸੀਂ ਸਾਰਾ ਕੁਝ ਕੁਆਲੀਫਾਈ ਕਰ ਸਕਦੇ ਹੋ ਅਗਰ ਤੁਸੀਂ ਵਰਕ ਤੇ ਜਾ ਰਹੇ ਹੋ ਪੀਆਰ ਤੇ ਜਾ ਰਹੇ ਹੋ ਦੈਟ ਇਜ਼ ਅ ਗੁੱਡ ਆਪਸ਼ਨ ਰੈਦਰ ਥੈਨ ਗoing ਓਨ ਅ ਸਟਡੀ ਕਿਉਂਕਿ ਸਟਡੀ ਕਰੋਗੇ ਉੱਥੇ ਜਾ ਕੇ ਫਿਰ ਵਰਕ ਪਰਮਿਟ ਤੇ ਜਾਓਗੇ PDWP ਤੇ ਐਂਡ ਫਿਰ ਤੁਸੀਂ 2-3 ਸਾਲਾਂ ਬਾਅਦ ਫਿਰ ਐਲੀਜੀਬਲ ਅਪਲਾਈ ਕਰਦੇ ਹੋ PR ਵਾਸਤੇ ਔਰ ਤੁਸੀਂ ਦੇਖੋ 3 ਸਾਲ ਉਹ ਬੱਚਾ ਪਿੱਛੇ ਚਲਾ ਜਾਂਦਾ ਹੈ ਇਹ ਬੱਚੇ ਨੂੰ ਚੀਜ਼ ਜਾ ਕੇ ਕੈਨੇਡਾ ਰਿਅਲਾਈਜ਼ ਹੁੰਦੀ ਹੈ ਕਿ ਮੈਨੂੰ ਕਿਸ ਨੇ ਗਲਤ ਗਾਈਡ ਕੀਤਾ ਸਾਡੇ ਉੱਤੇ ਕੈਂਡ ਆਫਿਸ ਵੀ ਸਾਡੇ ਕੋਲ ਤੇ ਕਲਾਇੰਟਸ ਆਉਂਦੇ ਆ ਅਸੀਂ ਇਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਇੱਕ ਕਿਉਂ ਪੈਕ ਕੀਤਾ ਉਹ ਪੈਸਾ ਸਾਨੂੰ ਉਦੋਂ ਗਾਈਡ ਨਹੀਂ ਕਿਸੇ ਨੇ ਕੀਤਾ ਬਟ ਉਦੋਂ ਉਹਦੇ ਲਈ ਆਪਸ਼ਨ ਇੰਨੀ ਅੱਛੀ ਸੀਗੀ ਕਿ ਜਿਸ ਟਾਈਮ 3 ਸਾਲਾਂ ਬਾਅਦ ਤੁਹਾਡੇ ਕੋਲ ਬੰਦਾ ਪੀਆਰ ਕੋਨ ਆ ਰਿਹਾ ਜੇ ਪ੍ਰੋਪਰ ਗਾਈਡੈਂਸ ਹੀ ਉਹੀ ਗੇਨ ਕਿਹੜੇ ਪ੍ਰੋਵਿੰਸ ਜਾ ਰਹੇ ਹੋ ਕਿਹੜੇ ਇਮੀਗ੍ਰੇਸ਼ਨ ਪ੍ਰੋਗਰਾਮ ਤੁਸੀਂ ਕੁਆਲੀਫਾਈ ਕਰਦੇ ਹੋ ਜੇ ਉਹਨਾਂ ਨੂੰ ਕਿਸੇ ਨੇ ਪ੍ਰੋਪਰ ਗਾਈਡ ਕੀਤਾ ਹੋਵੇ ਤਾਂ ਉਹ ਕਲਾਇੰਟ ਡੈਫੀਨਿਟਲੀ ਇੱਕ ਨੀ ਸਾਲ ਦੇ ਵਿੱਚ ਹੀ ਪਹਿਲੇ ਪੀਆਰ ਹੋ ਜਾਂਦਾ ਕੁਝ ਐਦਾਂ ਦੇ ਕਲਾਇੰਟਸ ਆਏ ਨੇ ਤੁਹਾਡੇ ਕੋਲ ਜਿਹੜੇ ਸਟੱਡੀ ਲਈ ਆਏ ਹੋਣ ਔਰ ਤੁਸੀਂ ਮੋਲਡ ਕੀਤਾ ਹੋਣ ਡੈਫੀਨਿਟਲੀ ਜੋ ਕਲਾਇੰਟ ਸਾਡੇ ਕੋਲ ਸੈਮੀਨਾਰ ਸਪੈਸ਼ਲੀ ਆਏ ਸੀਗੇ ਉਹ ਖੁਦ ਹੈਰਾਨ ਸੀਗੇ ਕਿ ਸਰ ਇਹ ਆਪਸ਼ਨਸ ਵੀ ਹੈ ਕੈਨੇਡਾ ਚ ਕਿਉਂਕਿ ਸਾਨੂੰ ਦੱਸਿਆ ਨਹੀਂ ਸੀ ਕਿਸੇ ਨੇ ਓਕੇ ਔਰ ਜਦੋਂ ਇਹਨਾਂ ਨੂੰ ਅਸੀਂ ਪ੍ਰੋਪਰ ਗਵਰਨਮੈਂਟ ਦੀ ਸਾਈਟਸ ਤੇ ਜਾ ਕੇ ਇਹਨਾਂ ਦੇ ਪੁਆਇੰਟਸ ਕੈਲਕੂਲੇਟ ਕਰਦੇ ਆ ਤਾਂ ਡੈਫੀਨਿਟਲੀ ਉਹ ਖੁਦ ਹੈਰਾਨ ਹੁੰਦੇ ਕਿ ਅਸੀਂ ਕੁਆਲੀਫਾਈ ਕਰਦੇ ਆ ਅਸੀਂ ਸਟੱਡੀ ਤੇ ਕਿਉਂ ਜਾ ਰਹੇ ਸੀ ਕਿਉਂ ਜਾ ਰਹੇ ਸੀ ਠੀਕ ਹੈ ਤਾਂ ਫਿਰ ਬਾਗਲ ਤਾਂ ਹੀ ਸੋਚਦੇ ਹੋਣਗੇ ਨਾ ਵੀ ਜਾ ਕੇ ਉੱਥੇ 2 ਸਾਲ 3 ਸਾਲ ਪੜ੍ਹਾਈ ਕਰਾਂਗੇ ਇਸ ਤੋਂ ਵਧੀਆ ਇੱਥੋਂ ਸਿੱਧਾ ਪੀਆਰ ਲੈ ਕੇ ਜਾਈਏ ਫੈਮਿਲੀ ਦੇ ਨਾਲ ਮੂਵ ਹੋਵਾਂਗੇ ਸੋ ਬਹੁਤ ਸ ਕਿ ਤੁਸੀਂ RCIC ਮੈਂਬਰਸ਼ਿਪ ਉੱਪਰ ਜੇਕਰ ਭਰੋਸਾ ਕਰੋਗੇ ਤਾਂ ਇੱਕ অথੋਰਾਈਜ਼ਡ ਜਿਹੜੇ ਨੇ ਉੱਥੋਂ ਦੇ ਹਾਈ ਕਮਿਸ਼ਨ ਨੇ অথੋਰਾਈਜ਼ ਕੀਤਾ ਹੋਇਆ ਇਹਨਾਂ ਨੂੰ ਇਹਨਾਂ ਦੇ ਪੈਨਲ ਦੇ ਉੱਪਰ ਜੇ ਤੁਹਾਡੀ ਫਾਈਲ ਲੱਗਦੀ ਹੈ ਤਾਂ ਕਿਸੇ ਵੀ ਤਰੀਕੇ ਨਾਲ ਤੁਹਾਡੀ ਫਾਈਲ ਨਾਲ ਕੋਈ ਛੇੜਛਾੜ ਨਹੀਂ ਹੁੰਦੀ ਦੂਜਾ ਇਹ ਕਿ ਇੱਕ ਲੀਗਲ ਤਰੀਕੇ ਨਾਲ ਤੁਹਾਡੀ ਫਾਈਲ ਲਾਂਚ ਹੁੰਦੀ ਹੈ ਤਾਂ ਕੋਈ ਵੀ ਤੁਹਾਡੇ ਉੱਤੇ ਕੱਲ ਨੂੰ ਐਕਸ਼ਨ ਨਹੀਂ ਆਉਂਦਾ ਹੈਗਾ ਜੋ ਵੀ ਜਿੰਨਾ ਵੀ ਲੈਂਡਨ ਹੁੰਦਾ ਹੈ ਜੋ ਵੀ ਚੀਜ਼ਾਂ ਹੁੰਦੀਆਂ ਨੇ ਸਾਰੀ ਰਿਸਪੌਂਸਿਬਿਲਟੀ ਇਹਨਾਂ ਦੀ ਹੁੰਦੀ ਹੈ ਕਿਉਂਕਿ ਇਹ ਤੁਹਾਨੂੰ ਪ੍ਰੋਪਰ ਸਹਿਦਰੀ ਕੇ ਨਾਲ ਗਾਈਡ ਕਰਦੇ ਕੁਝ ਇੱਕ ਸਟੂਡੈਂਟਸ ਸਾਡੇ ਨਾਲ ਆਪਣੀਆਂ ਪ੍ਰੋਫਾਈਲਸ ਜੜੀਆਂ ਨੇ ਸਾਡੇ ਕਮੈਂਟ ਸੈਕਸ਼ਨ ਦੇ ਰਾਹੀਂ ਜਾਂ ਇਨਬਾਕਸ ਰਾਹੀਂ ਸ਼ੇਅਰ ਕੀਤੀਆਂ ਸੀ ਮੈਂ ਰਵਿੰਦਰ ਕੌਰ ਦੀ ਪ੍ਰੋਫਾਈਲ ਜਿਹੜੀ ਇਹ ਗੱਲ ਕਰਨਾ ਚਾਹੂੰਗੀ ਇਹਨਾਂ ਦੀ ਪ੍ਰੋਫਾਈਲ ਜਿਹੜੀ ਇਹਨਾਂ ਨੇ ਜੀਐਨਐਮ ਕੀਤੀ ਸੀ 2 ਸਾਲ ਦਾ ਇਹਨਾਂ ਦੇ ਕੋਲ ਐਕਸਪੀਰੀਅੰਸ ਹੈਗਾ ਔਰ ਇਹਨਾਂ ਨੇ 2020 ਦੇ ਵਿੱਚ ਆਪਣੀ ਫਾਈਲ ਜਿਹੜੀ ਹੈ ਉਹ ਲਾਂਚ ਕੀਤੀ ਹੋਈ ਹੈ ਨੈਨੀ ਪ੍ਰੋਗਰਾਮ ਦੇ ਨੈਨੀ ਕੇਅਰ ਗਿਵਰ ਪ੍ਰੋਗਰਾਮ ਦੇ ਤਹਿਤ ਲੇਕਿਨ ਹੱਲੇ ਤੱਕ ਇਹਨਾਂ ਦੀ ਪ੍ਰੋਫਾਈਲ ਪਿਕ ਨਹੀਂ ਹੋਈ ਹੈ ਤੇ ਇਹਨਾਂ ਜਿਹੜੀ ਆਇਲਸ ਹੈ ਉਹ ਵੀ ਆਲਮੋਸਟ ਐਕਸਪਾਇਰ ਹੋਣ ਤੇ ਹੀ ਹੈ ਕਿਉਂਕਿ 2 ਸਾਲ ਪੂਰੇ ਨਹੀਂ ਹੋਏ ਇਹਨਾਂ ਨੂੰ ਫਾਈਲ ਲੈਣ ਨੂੰ ਆਲਮੋਸਟ ਆਲਸੋਂ ਇਹਨਾਂ ਦੀ ਐਕਸਪਾਇਰ ਹੋ ਜਾਏਗੀ ਤਾਂ ਕੀ ਕਹਿਣਾ ਚਾਹੋਗੇ ਰਵਿੰਦਰ ਕੌਰ ਨੂੰ ਤੁਸੀਂ ਰਵਿੰਦਰ ਕੌਰ ਤੁਹਾਡੇ ਲਈ ਆਪਸ਼ਨ ਇਹੀ ਹੈ ਕਿ 2020 ਤੇ 2021 ਦੀਆਂ ਫਾਈਲ ਜਿਹੜੀਆਂ ਹੈਗੀਆਂ ਉਹ ਪਿਕ ਹੋ ਰਹੀਆਂ ਹੂੰ ਸੋ ਡੈਫੀਨੇਟਲੀ ਯੂ ਆਰ ਵੈਰੀ ਨੀਅਰ ਟੂ ਗੈਟ ਐਨ ਇਨਵੀਟੇਸ਼ਨ ਸੋ ਜਸਟ ਸਿਟ ਐਂਡ ਵਾਚ ਅੱਛਾ ਦਾ ਟਾਈਮ ਇਜ਼ ਵੈਰੀ ਨੀਅਰ ਸੋ ਡੈਫੀਨਿਟਲੀ ਫਾਈਲ ਪਿਕ ਹੋਏ। ਮਤਲਬ ਇਹਨਾਂ ਨੂੰ ਫਿਰ ਆਪਣੀ ਆਈਲਸ ਇਕ ਵਾਰੀ ਕਰ ਲੈਣੀ ਚਾਹੀਦੀ ਹੈ। ਹਨਾ ਸਾਰਾ ਰਿਕਮੈਂਡ ਕਰਾਂਗੇ ਕਿ ਆਈਲਸ ਡੈਫੀਨਿਟਲੀ ਕਰਕੇ ਰੱਖੋ ਨਾ ਅਪਡੇਟ ਕਰੋ। ਠੀਕ ਹੈ। ਤੇ ਪ੍ਰੋਫਾਈਲ ਪਿਕ ਹੋ ਜਾਏਗੀ। ਪਰ ਡੈਫੀਨਿਟਲੀ 100% ਹਾਂ ਜੀ। ਠੀਕ ਹੈ। ਕੁਝ ਜਾਂਦੇ ਜਾਂਦੇ ਕੁਝ ਸੁਨੇਹਾ ਦੇਣਾ ਚਾਹੁੰਗੇ ਸਾਡੇ ਦਰਸ਼ਕਾਂ ਨੂੰ ਖਾਸ ਕਰਕੇ ਜਿਨ੍ਹਾਂ ਨੇ ਹੁਣ ਪਲਾਨ ਬਣਾ ਲਿਆ ਕਿ ਪੀਆਰ ਦੀ ਫਾਈਲ ਹੀ ਲਾ ਲਈਏ ਤਾਂ ਕੁਝ ਸਜੈਸ਼ਨ ਹੋਣਾ ਚਾਹੀਦਾ। ਡੈਫੀਨਿਟਲੀ ਸਜੈਸ਼ਨ ਤਾਂ ਪਹਿਲਾਂ ਮੈਂ ਰਵਿੰਦਰ ਕੌਰ ਨੂੰ ਹੀ ਆਪਰੇਸ਼ਨ ਦੇ ਰਿਹਾ ਕਿ 30th April ਨੂੰ ਇੱਕ ਇਸੇ ਕਿਰਗਿਵਰ ਜਿਹੜਾ ਪਾਇਲਟ ਪ੍ਰੋਗਰਾਮ ਹੈਗਾ ਇਹਦੇ ਵਿੱਚ ਕਾਪਰੇਸ਼ਨ ਆਈਸੀ ਦੀ ਬੰਦੀਪ ਜਿੱਥੇ ਵਿੱਚ ਕੀ ਕਿਹਾ ਗਿਆ ਹੈ ਕਿ ਇੱਕ ਮਿਨਿਸਟਰਲ ਇਨਸਟਰਕਸ਼ਨਸ ਆਈਆਂ ਕਿ ਜੋ ਇਸ ਪ੍ਰੋਗਰਾਮ ਦੇ ਤਹਿਤ ਜਿਹੜਾ ਇਹ ਪੀਆਰ ਦਾ ਪਾਇਲਟ ਪ੍ਰੋਗਰਾਮ ਹੈ ਇਹਦੇ ਵਿੱਚ ਪਹਿਲਾ ਰਿਕੁਆਇਰਮੈਂਟ ਸੀ ਕਿ ਵਰਕ ਪਰਮਿਟ ਤੇ ਤੁਸੀਂ 2 ਸਾਲ ਕੰਮ ਕਰਨਾ ਹੈ ਰਾਈਟ 24 ਮਨਸ ਬਟ ਉਹਨੂੰ ਹੁਣ ਘਟਾ ਕੇ 12 ਮਨਸ ਕੀਤਾ ਗਿਆ ਓਕੇ ਪਲੱਸ ਸੈਕੰਡ ਏ ਹੈਗਾ ਕਿ ਅਗਰ 1 ਸਾਲ ਤੋਂ ਬਾਅਦ ਤੁਸੀਂ ਕੰਮ ਕਰਨਾ ਵੀ ਚਾਹੁੰਦੇ ਹੋ ਤਾਂ ਤੁਹਾਨੂੰ ਦੁਬਾਰਾ ਪਰਮਿਟ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਉਸੇ ਦੇ ਉੱਤੇ ਇਹ ਕੰਮ ਕਰਦੇ ਹੋ ਪਲੱਸ 3rd ਜੋ ਮੇਨ ਐਡਵਾਂਟੇਜ ਸੀ ਕਿ ਪਹਿਲਾ ਕੀ ਸੀਗਾ ਕਿ ਇਹ ਬ੍ਰੀਜਿੰਗ ਓਪਨ ਪਰਮਿਟ ਸੀਗਾ ਜਿਸ ਦੇ ਤਹਿਤ ਕਿ ਤੁਹਾਡੇ ਜਿਹੜੇ ਸਪਾਊਸ ਹੈਗੇ ਜੀ ਇੰਡੀਆ ਸੌਰੀ ਜੀ ਕੈਨੇਡਾ 'ਚ ਹੈਗੇ ਆ ਤਾਂ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਦਾ ਸੀਗਾ ਲੇਕਿਨ ਐਜ਼ ਆਫ ਨਾਓ ਇਹਨੂੰ ਵੀ ਰੂਲ ਆਊਟ ਕਰਕੇ ਉਹਨਾਂ ਨੇ ਕਿਹਾ ਕਿ ਤੁਹਾਡਾ ਅਗਰ ਸਪਾਊਸ ਬੱਚੇ ਅਗਰ ਇੰਡੀਆ ਤੋਂ ਬਾਹਰ ਕੈਨੇਡਾ ਤੋਂ ਬਾਹਰ ਹੈ ਤਾਂ ਡੈਫੀਨਿਟਲੀ ਦੇ ਆਰ ਆਲਸੋ ਐਲੀਜੀਬਲ ਫਾਰ ਦ ਓਪਨ ਵਰਕ ਪਰਮਿਟ ਸੋ ਗੱਲ ਇਹ ਹੈ ਬਹੁਤ ਪ੍ਰੋਗਰਾਮਸ ਨੇ ਇਸ ਟਾਈਮ ਕੈਨੇਡਾ ਜੀ ਇਮੀਡੀਏਟ ਕਰ ਲਈ ਕਮੀ ਕੀ ਹੈ ਇੱਕ ਪ੍ਰੋਪਰ ਗਾਈਡੈਂਸ ਦੀ ਪ੍ਰੋਪਰ ਨੋਲੇਜ ਦੀ ਮਤਲਬ ਆਪਾਂ ਇਹ ਕਹੇ ਵੀ ਕੈਨੇਡਾ ਜਿਹੜਾ ਹੈ ਇਹ ਦੂਜੀ ਓਪਰਚੁਨਿਟੀ ਹੈ ਹਨਾ ਵੀ ਹਰ ਇੱਕ ਤਰੀਕੇ ਨਾਲ ਸਟੱਡੀ ਦੇ ਨਾਲ ਨਾਲ ਜੇ ਤੁਸੀਂ ਕਿਸੇ ਵੀ ਕੈਟਾਗਰੀ ਚ ਇਨਵੋਲਵ ਕਰ ਰਹੇ ਹੋ ਉਹਨਾਂ ਦੇ ਕੋਲ ਆਪਸ਼ਨਸ ਹੈਗੀਆਂ ਨੇ ਤੁਹਾਨੂੰ ਆਪਰਚੁਨਿਟੀ ਦੇਣ ਦੇ ਲਈ ਬਟ ਗੱਲ ਇੰਨੀ ਕਹ ਵੀ ਤੁਸੀਂ ਐਲੀਜੀਬਲ ਹੋਣੇ ਚਾਹੀਦੇ ਹੋ ਨਾ ਬਹੁਤ ਬਹੁਤ ਸ਼ੁਕਰੀਆ ਜਸਮੀ ਜੀ ਗੱਲਬਾਤ ਕਰਨ ਦੇ ਲਈ ਥੈਂਕ ਯੂ ਸੋ ਮਚੀ ਤੁਹਾਨੂੰ ਸੱਚੇ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਵੀਡੀਓ ਕਿਸ ਤਰੀਕੇ ਦੀ ਲੱਗੀ ਇਸ ਨੂੰ ਸ਼ੇਅਰ ਕਰਨਾ ਔਰ ਕਮੈਂਟ ਕਰਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਬਿਲਕੁਲ ਨਾ ਭੁੱਲਿਓ ਹਾਜ਼ਰ ਹੋਵਾਂਗੇ ਸਬਸਕ੍ਰਾਈਬ ਕਰ ਜੀ